ਚਿੰਤਾ پاک ਦਮ ਦਮ ਹੁਣ ਜਿਹੜੀ ਤੁਸੀਂ ਮੇਰੀ ਆਵਾਜ਼ ਸੁਣਦੇ ਪਿਓ ਨੀ ਨੈਚੁਰਲ ਆਵਾਜ਼ ਦੇ ਵਿੱਚ ਕੋਈ ਮਾਈਕ ਕੋਈ ਕੁਝ ਵੀ ਮੈਂ ਇਸਤੇਮਾਲ ਨਹੀਂ ਕੀਤਾ ਤੇ ਹੁਣ ਜਿਹੜੀ ਤੁਸੀਂ ਮੇਰੀ ਆਵਾਜ਼ ਸੁਣਉਦੇ ਉਹ ਹੋਵੇ ਦੀ ਬ੍ਰਾਂਡ ਦੀ ਔਰ ਅਬ ਜੋ ਆਪ ਮੇਰੀ ਆਵਾਜ਼ ਸੁਣ ਰਹੇ ਹਨ ਉਹ ਹੈ ਬ੍ਰਾਂਡ ਕੀ ਤੋ ਆਏ ਅਬ ਜਲਦੀ ਸੇ ਇਸਕੇ ਕਰਤੇ ਹੈਨ ਅਨਬਾਕਸਿੰਗ ਅਗਰ ਤੁਸੀਂ ਉਹ ਯੂਟਿਊਬਰ ਅਗਰ ਤੁਸੀਂ ਉਹ ਟਿਕਟੋਕਰ ਟਿਕਟੋਕ ਵਾਸਤੇ ਵੀਡੀਓ ਬਣਾਉਂਦੇ ਹੋ ਯੂਟਿਊਬ ਵਾਸਤੇ ਵੀਡੀਓ ਬਣਾਉਂਦੇ ਹੋ ਜਾਂ ਇੰਸਟਾ ਵਾਸਤੇ ਰੀਲਸ ਬਣਾਉਂਦੇ ਹੋ ਜਾਂ ਫੇਸਬੁੱਕ ਵਾਸਤੇ ਕੋਈ ਵੀ ਕਿਸੇ ਵੀ ਕਿਸਮ ਦਾ ਕੰਟੈਂਟ ਬਣਾਉਂਦੇ ਹੋ ਤੇ ਤੁਹਾਡੀ ਵੀਡੀਓ ਦੇ ਨਾਲ ਨਾਲ ਤੁਹਾਡੀ ਆਵਾਜ਼ ਦੀ ਕੁਆਲਿਟੀ ਹੋਣੀ ਚਾਹੀਦੀ ਏ ਅੰਨੇ ਵਾਸ ਹੋਣੀ ਯਕੀਨ ਕਰੋ ਮੇਰੇ ਕੋਲ ਇਸ ਟਾਈਮ ਪੱਕਾ ਫੁੱਲ ਆਵਾਜ਼ ਚ ਚੱਲ ਰਿਹਾ ਤੇ ਉਂਝ ਵੀ ਸਾਡਾਂ ਤੇ ਸ਼ੋਰ ਸ਼ੋਰ ਵੀ ਬਥੇਰਾ ਲੇਕਿਨ ਤੁਸੀਂ ਮੇਰੀ ਇਸ ਵੀਡੀਓ ਵਿੱਚ ਸੁਣ ਸਕਦੇ ਹੋ ਉਹ ਦੇਖ ਕੇ ਕਿੰਨਾ ਕੁਝ ਹੋ ਰਿਹਾ ਇਸ ਵਾਸਤੇ ਤੁਹਾਡੇ ਸਾਰਿਆਂ ਵਾਸਤੇ ਵੀ ਜ਼ਰੂਰੀ ਹੈ ਇੱਕ ਅੱਛਾ ਮਾਈਕ ਹੋਣਾ ਜਿੱਦੇ ਵਿੱਚ ਤੁਹਾਡੀ ਆਵਾਜ਼ ਦੀ ਕੁਆਲਿਟੀ ਇੰਨੀ ਕੁ ਅੱਛੀ ਹੋਵੇ ਕਿ ਅਗਲੇ ਬੰਦੇ ਨੂੰ ਉੰਜ ਟਰੈਕ ਕਰੇ ਹੁਣ ਜਿਹੜੇ ਵੀ ਬੰਦੇ ਨੇ ਇਹ ਮਾਈਕ ਖਰੀਦਣਾ ਹੋਵੇ ਜੇ ਮੇਰੇ ਬ੍ਰਾਂਡ ਦਾ ਜਿਸ ਬੰਦੇ ਵੀ ਮਾਈਕ ਖਰੀਦਣਾ ਹੋਵੇ ਯਕੀਨ ਕਰੋ ਤੁਹਾਡੀ ਜੇਬ 'ਚ ਐਨੇ ਪੈਸੇ ਆਣੇ ਕਿ ਤੁਸੀਂ ਇਹ ਮਾਈਕ ਖਰੀਦ ਸਕਦੇ ਹੋ ਅੱਛੀ ਆਵਾਜ਼ ਬਣਾਉਣ ਵਾਸਤੇ ਅੱਛੀ ਵੀਡੀਓ ਬਣਾਉਣ ਵਾਸਤੇ ਅਗਰ ਤੁਸੀਂ ਖਰੀਦਣਾ ਹੋਵੇ ਇਨਬਾਕਸ 'ਚ ਮੈਸੇਜ ਕਰ ਸਕਦੇ ਹੋ ਇਨਬਾਕਸ 'ਚ ਰਾਬਤਾ ਕਰ ਸਕਦੇ ਹੋ ਯਕੀਨ ਕਰੋ ਮੈਂ ਤੁਹਾਨੂੰ A to Z ਦੀ ਸਾਰੀ ਡਿਟੇਲ ਦਵਾਂਗਾ ਅਲਾ ਹਾਫਿਜ਼